हाय फ्रेंड्स, सुबह के 10 बज चुके हैं तो हम पहुंच चुके हैं बॉम्बे बुमरा में। अभी हमारी गाड़ी की अनलोडिंग स्टार्ट होने वाली है, थोड़ी देर में दिखाएंगे आपको। तो वेलकम करते हैं आपको अपने ब्लॉग में। सबको गुड मॉर्निंग, नमस्ते, सलाम अलैकुम एंड वेलकम बैक टू FTC ब्लॉग। तो करते हैं एक नए ब्लॉग की शुरुआत आज बुमरा में ही, इसको एंड भी करेंगे शाम तक, मतलब देखते हैं कहां तक एंड होता है। तो मिलते हैं अभी आपको अनलोडिंग स्टार्ट होने पे। ये है शाइना इंटरप्राइजेस, गाड़ी होगी हमारी लगभग खाली, दिन के 12 बज चुके हैं, मतलब तकरीबन खाली हो चुकी है, देख सकते हैं आप कितना रह गया। माय बाड़ी टेढ़ा हो गया यार। ये हमारी डॉन यहाँ किया खाली, सनी लगा होगा, फोन पे दिखाते हैं क्योंकि हर टाइम फोन पे बिजी रहता है। देख लो मैंने जो बोला था वॉइस निकला, फोन पे बिजी रहते हैं हर टाइम ये। अब निकलेंगे हम यहाँ से कांटा करवा के, गाड़ी तो तकरीबन खाली हो चुका है। बत्ते बुते पाने हैं, जल्दी कर रहा, मक्खियां पाने अंदर बाड़ियां तो सारियां कटिया करके देखा के मकी है। तो नासिक गड्डी लोड करने ली, देखांगे नासिक जाते जा फिर अपने सावदा चल जाएंगे। बड़ी बड़ी बिल्डिंग देखो बम्बे की, देखो भाई ये मुमरा। पता नहीं यार, पहली बार आया हूँ। सन्नी भाई तो यहाँ के चैंपियन है, उसी के साथ साथ चल रहे हैं हम यहाँ पे।
ਤੇ ਸੋਚਿਆ ਰੋਟੀ ਖਾ ਲਈਏ ਨਾਸਿਕ ਰੋਡ ਤੇ ਅਵਤਾਰ ਢਾਬਾ ਹੈਗਾ ਖਾਵਾਂਗੇ ਇੱਥੇ ਰੋਟੀਆਂ ਖਾਣੀਆਂ ਸ਼ੁਕਰ ਹੈ ਤੂੰ ਵੀ ਬੋਲਿਆ ਕਿਤੇ ਖਾਣੀ ਹੈ ਲੱਗਾ ਪਤਾ ਮੇਰੇ ਨਾਲ ਭਲੇ ਭਲੇ ਕਹਿੰਦੇ ਨੇ ਢਿੱਡ ਨੂੰ ਤਸੱਲੀ ਮਿਲੀ ਹੈ ਕਿਤੇ ਸਵੇਰ ਦੀ ਅੱਜ ਮਿਲੀ ਆ ਰੋਟੀ ਹੁਣ ਤੇ ਹੁਣ ਨਿਕਲਾਂਗੇ ਕਰਦੇ ਹਾਂ ਆਪਣਾ ਸਫ਼ਰ ਜਾਰੀ ਮਿਲਦੇ ਹਾਂ ਤੁਹਾਨੂੰ ਨਾਸਿਕ ਪਿੱਪਲ ਗਾਉਂ ਮੈਂ ਜਾ ਕੇ ਇਹ ਹੈ ਬਾਈ ਜਗਤਪੁਰੇ ਕਾ ਰੋਡ ਨਾਸਿਕ ਬੰਬਈ ਸੇ ਨਾਸਿਕ ਰੋਡ ਪੇ ਹੈ ਜੀ ਨਾਸਿਕ ਸੇ ਪਹਿਲੇ ਜਬ ਬੰਬੇ ਸੇ ਆਤੇ ਹੋ ਨਾਸਿਕ ਸੇ ਪਹਿਲੇ ਹੈ ਜੀ ਟੂਰਿਸਟ ਪੁਆਇੰਟ ਹੈ ਬਹੁਤ ਹੀ ਅੱਛਾ ਕੋਈ ਵੀ ਘੁੰਮਣੇ ਆ ਸਕਤਾ ਹੈ ਯੇ ਇਧਰ ਸੇ ਖਾਲੀ ਜਾਣੇ ਕਾ ਹੈ ਔਰ ਦੂਸਰੀ ਸਾਈਡ ਸੇ ਖਾਲੀ ਆਨੇ ਕਾ ਹੈ ਮਤਲਬ ਐਸਾ ਰੋਡ ਹੈ ਯਹਾਂ ਝੀਲ ਵੀ ਹੈ ਇਸਕੇ ਉੱਪਰ ਮਤਲਬ ਅੱਛਾ ਟੂਰਿਸਟ ਪੁਆਇੰਟ ਹੈ ਹਮ ਲੋਕੋ ਕੋ ਤੋ ਟਾਈਮ ਨਹੀਂ ਮਿਲਤਾ ਘੁੰਮਣੇ ਕਾ ਜਿਨਕੇ ਪਾਸ ਹੈ ਵੋ ਆ ਜਾਓ ਘੁੰਮ ਲਓ ਆਗੇ ਸਨੀ ਚਲੇ ਘੁੰਮਣੇ ਹੈ ਨਹੀਂ ਯਾਰ ਟਾਈਮ ਨਹੀਂ ਹੈ ਸਪੈਸ਼ਲ ਆਏਂਗੇ ਘੁੰਮਣੇ ਕੇ ਲੀਏ ਇਹ ਤਾਂ ਘੁੰਮਣਾ ਹੈ ਹੀ ਹੈ ਮਤਲਬ ਇਹ ਤਾਂ ਰੋਡ ਹੈ ਟੂਰਿਸਟ ਪੁਆਇੰਟ ਕਹੀਂ ਉੱਪਰ ਹੈ ਯਾਰ ਉਹ ਤਾਂ ਮੁਝੇ ਵੀ ਮਾਲੂਮ ਨਹੀਂ ਹੈ ਕਹੀਂ ਯਹਾਂ ਸੇ ਰੋਡ ਜਾਤਾ ਹੋਗਾ ਉੱਪਰ ਮਤਲਬ ਅੱਛੀ ਜਗ੍ਹਾ ਹੈ ਅੱਛਾ ਮੌਸਮ ਰਹਿਤਾ ਯਹਾਂ ਪੇ ਦੇਖੀਏ ਕਿਤਨੀ ਭੀੜ ਲੱਗੀ ਹੋਈ ਹੈ ਜੰਗਲ ਕੇ ਨਜ਼ਾਰੇ ਦੇਖੋ ਬਈ ਠੰਡਾ ਠੰਡਾ ਮੌਸਮ ਹੈ ਯਹਾਂ ਪੇ ਹਾਏ ਫ੍ਰੈਂਡਸ ਸ਼ਾਮ ਕੇ 7 ਵੱਜ ਚੁੱਕੇ ਹੈ ਔਰ ਮੈਂ ਨਾਸਿਕ ਪਹੁੰਚ ਚੁੱਕਾ ਹੂੰ ਤੋ ਨਾਸਿਕ ਮੈਂ ਤਾਂ ਕੋਈ ਲੋਡ ਜਮ ਨਹੀਂ ਰਿਹਾ ਮੁਝੇ ਤੋ ਇਸ ਲਈ ਫਿਰ ਆਪਣੇ ਘਰ ਹੀ ਜਾ ਰਹੇ ਹਾਂ ਸਾਵਦਾ ਵਹਾਂ ਸੇ ਕਰੇਂਗੇ ਲੋਡ ਹਮ ਜੰਮੂ ਕੇ ਲੀਏ ਤੋ ਨਾਜਮ ਭਾਈ ਕੋ ਕੀਆ ਥਾ ਕਾਲ ਬੋਲਤਾ ਆ ਜਾਓ ਹਜਮਨ ਸੇਰ ਸੇ ਹੋਈ ਹੈ ਬਾਤ ਜਾਏਂਗੇ ਸਾਵਦਾ ਸੇ ਕਰੇਂਗੇ ਗਾੜੀ ਲੋਡ ਤੋ ਫਿਰ ਨਿਕਲੇਂਗੇ ਕੱਲ੍ਹ ਹੀ ਹੋ ਜਾਏਗੀ ਸ਼ਾਇਦ ਚਲੋ ਦੇਖਤੇ ਹੈ ਅਭੀ ਕਿਆ ਬਤਾਏ ਸ਼ਾਮ ਕੇ ਟਾਈਮ ਸੁਬਹਾ ਪਹੁੰਚ ਕੇ ਬਤਾਏਂਗੇ ਕਿਆ ਹੋਤਾ ਹੈ ਕਿਆ ਨਹੀਂ ਤੋ ਮਿਲਤੇ ਹੈ ਅਭੀ ਆਪਕੋ ਮਤਲਬ ਆਗੇ ਕਹੀਂ ਜਾ ਕੇ ਖਾਣਾ ਖੁਣਾ ਖਾਏਂਗੇ ਵਹਾਂ ਮਿਲੇਂਗੇ ਦੇਖੀ ਆਪਕੋ ਨਾਸਿਕ ਸਿਟੀ ਉੱਚੀ ਉੱਚੀ ਮੰਜ਼ਿਲ ਲਾਈਟਾਂ ਬੰਦ ਕਰਿਆ ਹੋਏ ਹਾਂਜੀ ਇਹ ਹੈ ਬਈ ਨਾਸਿਕ ਰੋਟੀ ਖਾ ਕੇ ਫਿਰ ਸੰਨੀ ਨੂੰ ਸੁਲਾ ਦੇਵਾਂਗੇ
ਕੇ ਅਸੀਂ ਚਲਾਂਗੇ ਫਿਰ ਪੰਪ ਦੇ ਨਾਲ ਹੀ ਰੱਬ ਆਏ ਆਪਣੀ ਗੱਡੀ ਆ ਰਿਹਾ ਸੰਨੀ ਖਾ ਕੇ ਰੋਟੀ ਫਿਰ ਨਿਕਲਾਂਗੇ ਇੱਥੋਂ ਜੀ ਕਰਾਂਗੇ ਆਪਣਾ ਸਫ਼ਰ ਕੰਟੀਨਿਊ ਸਵੇਰ ਤੱਕ ਪਹੁੰਚ ਜਾਂਗੇ ਸਾਵਧਾ ਖਾਣਾ ਹਮਾਰਾ ਹੋ ਗਿਆ ਹੈ ਅਬ ਨਿਕਲੇਂਗੇ ਬਈ ਹਮ ਜਹਾਂ ਸੇ ਸਾਵਧਾ ਕੋ ਸੰਨੀ ਕਰੇਗਾ ਆਰਾਮ ਮੈਂ ਚਲਾਊਂਗਾ ਗਾੜੀ ਮਿਲਤੇ ਹੈ ਆਪਕੋ ਸਾਵਧਾ ਮੈਂ ਜਾ ਕੇ ਸਾਵਧਾ ਮੈਂ ਕਰੇਂਗੇ ਬਲੌਗ ਕਾ ਐਂਡ ਸੁਬਹ ਕਰੇਂਗੇ ਗਾੜੀ ਲੋਡ ਫਿਰ ਆਪ ਦਿਖਾਏਂਗੇ ਸਾਵਧਾ ਮੈਂ ਕੇਲਾ ਕੇ ਬਗੀਚੇ ਮਿਲੇਂਗੇ ਆਪਕੋ ਫਿਰ ਸਾਵਧਾ ਮੈਂ ਜੀ ਬਾਈ ਰਾਤ ਕੇ 2 ਵੱਜ ਗਏ ਹੈ ਅਸੀਂ ਪਹੁੰਚ ਗਏ ਹਾਂ ਜੀ ਜਲਗਾਓਂ ਸਾਵਧਾ ਰਹਿ ਗਿਆ ਇੱਧਰੋਂ 50 ਕਿਲੋਮੀਟਰ 50 ਕਿਲੋਮੀਟਰ ਵੀਰੋ ਮੇਰੋ 50 ਕਿਲੋਮੀਟਰ ਰਹਿ ਗਿਆ ਹੈ ਸੰਨੀ ਕਰ ਰਿਹਾ ਹਲੇ ਰੈਸਟ ਮਤਲਬ ਸੌ ਰਿਹਾ ਨੀਂਦ ਆ ਰਹੀ ਸੀ ਮੁੰਡੇ ਨੂੰ ਹਮ ਡਾਇਮੰਡ ਟਰਾਂਸਪੋਰਟ ਮੈਂ ਰਾਤ ਕੋ 3 ਵਜੇ ਸਭੀ ਸੋਏ ਹੋਏ ਹਾਂ ਅਭੀ ਤੋ ਆਜ ਕਾ ਬਲੌਗ ਕਰੇਂਗੇ ਹਮ ਯਹੀਂ ਪੇ ਐਂਡ ਤਬ ਤੱਕ ਕੇ ਲੀਜੀਏ ਦੀਜੀਏ ਹਮੇ ਇਜਾਜ਼ਤ ਸੰਨੀ ਭਾਈ ਅਭੀ ਤੱਕ ਸੋਏ ਹੋਏ ਹੈ ਉਹ ਪਿੱਛੇ ਹਮਾਰੀ ਗਾੜੀ ਰਹੀ ਸੁਬਹ ਮਿਲਤੇ ਹੈ ਇੱਕ ਨਿਊ ਬਲੌਗ ਕੇ ਸਾਥ ਸਪੋਰਟ ਕਰੇਂ ਯਾਰ ਸ਼ੇਅਰ ਕਰੇਂ ਕਮੈਂਟ ਕਰੇਂ ਲਾਈਕ ਕਰੇਂ ਫਿਲ ਕੇ ਦੀਜੀਏ ਇਜਾਜ਼ਤ